ਅਸਲਾਮੁਆਲੇਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆਟ ਤੁਹਾਡਾ ਦੋਸਤ ਅਬਦੁਲ ਵਾਖਦ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਅੱਛੀ ਤੇ ਬਹੁਤ ਹੀ ਬਿਹਤਰੀਨ ਅਸੀਂ ਸਮਝ ਲਓ ਕਿ ਮਕਮਲ ਜ਼ਮੀਨ ਐਸ ਲਿੰਕ ਰੋਡ ਤੇ ਦੋਸਤੋ ਮناسب ਕੀਮਤ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਪਰਾਮ ਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਇਹ ਲਿੰਕ ਰੋਡ ਆਪਣੇ 7 ਮਰਬੇ ਰਕਬੇ ਦੇ ਵਿੱਚੋਂ ਜਲੰਘਦਾ ਪਿਆ ਹੈ ਜੀ ਮਤਲਬ ਕਿ ਇੱਥੇ ਆਪਣੇ ਕੋਲੇ ਮਾਸ਼ੱਲਾ 100 ਤੇ 75 ਏਕੜ ਇਸ ਰਾਈ ਜ਼ਮੀਨ ਹੈ ਮਕਮਲ ਮੱਕੀ ਦੀ ਕਾਸ਼ਤ ਕੀਤੀ ਗਈ ਹੈ ਦੋਸਤੋ ਪਹਿਲੇ ਇੱਥੇ ਲੱਗਿਆ ਸੀ ਆਲੂ ਦੋਸਤੋ ਆਲੂ ਦੀ ਇੱਥੇ ਫਸਲ ਚੱਕੀ ਹੈ ਤੇ ਹੁਣ ਇੱਥੇ ਮਾਲ ਕਰਨ ਲਈਏ ਮੱਕਈ ਦੀ ਫਸਲ ਵੇਖੋ ਦੋਸਤੋ ਸਾਹਮਣੇ ਇਹ ਮੱਕਈ ਦੀ ਫਸਲ ਇਹ ਮਕਮਲ ਰਕਬਾ ਦੋਸਤੋ ਆਪਣਾ ਹੀ ਹੈ ਤੇ ਮਾਸ਼ੱਲਾ ਇਸ ਲਿੰਕ ਰੋਡ ਤੇ ਬਹੁਤ ਵੱਡਾ ਫਰੰਟ ਆਂਦਾ ਦੋ ਸੜਨ ਤਾਂ ਆਪਣੀ ਜ਼ਮੀਨ ਹੈ بس ਇਸ ਸਿਹਰ ਤੇ ਜ਼ਮੀਨ ਥੋੜੀ ਜਿਹੀ ਕਮ ਹੈ ਤੇ ਇਸ ਸਿਹਰ ਤੇ ਜਿੱਥੇ ਮਕਈ ਲੱਗੀ ਹੈ ਇੱਥੇ ਜ਼ਮੀਨ ਆਪਣੀ ਜ਼ਿਆਦਾ ਹੈ ਕਿ ਇਸ ਬਸ ਜ਼ਮੀਨ ਆਪਣੀ ਤਕਰੀਬਨ ਕੋਈ 80% ਹੈਗੀ ਹੈ ਤੇ ਹੁਣ ਆਪਾਂ ਤੁਹਾਨੂੰ ਪ੍ਰਾਵਨ ਦਿਖਾਵਾਂਗੇ ਡੇਰੇ ਦੇ ਕਰੀਬ ਜਾ ਕੇ ਕਿਉਂਕਿ ਇਹਦੇ ਵਿੱਚ ਮਾਸ਼ਾਅੱਲਾ ਬਹੁਤ ਵੱਡਾ ਇਹ ਡੇਰਾ ਮੌਜੂਦ ਹੈ ਆਪਾਂ ਸਾਹਮਣੇ ਇਸ ਸਿਹਰ ਤੇ ਖੜਾ ਹੋ ਕੇ ਜ਼ਮੀਨ ਦੀ ਵੀਡੀਓ ਸ਼ੁਰੂ ਕੀਤੀ ਸੀ ਥੋੜਾ ਜਿਹਾ ਅੱਗੇ ਖੜਾ ਹੋ ਕੇ ਹੁਣ ਆਪਾਂ ਥੋੜੇ ਪਿੱਛੇ ਆ ਗਏ ਆ ਜਿੱਥੇ ਕਿ ਡੇਰਾ ਮੌਜੂਦ ਹੈ ਹੁਣ ਆਪਾਂ ਡੇਰੇ ਦੇ ਕੋਲ ਆ ਗਏ ਆ ਵੇਖੋ ਇਹ ਮੁਕੰਮਲ ਲਿੰਕ ਰੋਡ ਲੱਗਦਾ ਪਿਆ ਆਪਣੀ ਜ਼ਮੀਨ ਨੂੰ ਕਿ 마ਸ਼ਾਅੱਲਾ ਇਹਦਾ ਬਹੁਤ ਵੱਡਾ ਫਰੰਟ ਹੈ ਇਸ ਲਿੰਕ ਰੋਡ ਦੇ ਉੱਪਰ ਇਹ 7 ਮਰਬਾ ਜ਼ਮੀਨ ਦਾ ਦੋਸਤੋ ਆਲੂ ਮੱਕਈਆ ਦੀ ਜ਼ਮੀਨ ਹੈ ਕਿ ਹਰ ਫਸਲ ਵਾਸਤੇ ਕਾਮਯਾਬ ਤੇ ਹਰ ਫਸਲ ਵਾਸਤੇ ਬੇਤਰੀਨ ਤੇ ਨਾਲ ਮੈਂ ਪ੍ਰਾਵਨ ਦਿਖਾਣਾ ਪਿਆ ہوں ਸਾਹਮਣੇ ਵੇਖੋ ਦੋਸਤੋ ਮਦਰਸਾ ਮਸਜਿਦ ਦੋਸਤੋ 마ਸ਼ਾਅੱਲਾ ਇਹ ਮਾਲਕ ਨੇ ਆਪਣੇ ਰਕਬੇ ਦੇ ਅੰਦਰ ਬਣਾਇਆ ਹੈ ਵੇਖੋ ਦੋਸਤੋ ਮਦਰਸਾ ਜਿਹੜਾ ਕਿ ਮਾਲਕ ਨੇ 마ਸ਼ਾਅੱਲਾ ਬਣਾਏ ਇਥੇ ਤੇ ਮਸਜਿਦ ਵੀ ਬਣੀ ਹੋਈ ਏ ਇਹ ਸਾਹਮਣੇ ਪਰਾਵਾਂ ਦੇ ਆ ਵੇਖੋ ਦੋਸਤੋ ਮਦਰਸਾ ਮਸਜਿਦ ਮਾਸ਼ਾਅੱਲਾ ਅੱਲਾ ਦਾ ਬੜਾ ਸ਼ੁਕਰ ਹੈ ਕਿ ਮਾਲਕ ਨੇ ਆਪਣੇ ਰਕਬੇ ਦੇ ਅੰਦਰ ਕਾਇਮ ਕੀਤਾ ਹੋਇਆ ਹੈ ਦੋਸਤੋ ਵੇਖੋ ਸਾਹਮਣੇ ਬਹੁਤ ਵੱਡਾ ਡੇਰਾ ਆ ਵੇਖੋ ਦੋਸਤੋ ਕਿ ਬਿਲਕੁਲ ਡੇਰੇ ਦੇ ਨਾਲ ਮਸਜਿਦ ਮਦਰਸਾ ਤੇ ਸਾਹਮਣੇ ਬਹੁਤ ਵੱਡਾ ਡੇਰਾ ਥੋੜੇ ਅੱਗੇ ਜਾ ਕੇ ਮਿ ਪਰਵੰਤ ਖਾਣਾ ਤੇ ਉਸ ਤੋਂ ਬਾਅਦ ਜਿਹੜੀ ਕਿ ਇਹ ਫਸਲ ਦਿਖਾ ਕੇ ਦੋਸਤੋ ਡੇਰੇ ਦੇ ਨਾਲ-ਨਾਲ ਫਸਲ ਦਿਖਾ ਕੇ ਉਸ ਤੋਂ ਬਾਅਦ ਮੈਂ ਭਰਾਵਣ ਦਿਖਾਵਾਂਗਾ ਅੰਦਰ ਜਾ ਕੇ ਜਿਹੜਾ ਇੱਕ ਅੰਦਰਲਾ ਹਿੱਸਾ ਹੈਗਾ ਹੈ ਦੋਸਤੋ ਇਹ ਮਾਸ਼ਾਅੱਲਾ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਲਾਹ ਤਾਲਾ ਨੇ ਮਾਲਕ ਨੂੰ ਇਸ ਜ਼ਮੀਨ ਦੇ ਮਾਲਕ ਨੂੰ ਇੰਨੀ ਤੋਫੀਕ ਦਿੱਤੀ ਹੈ ਕਿ ਉਹਨੇ ਆਪਣੀ ਜ਼ਮੀਨ ਦੇ ਅੰਦਰ ਇਹ ਬਹੁਤ ਵੱਡਾ ਮਦਰਿਸਾ ਤੇ ਮਸਜਿਦ ਕਾਇਮ ਕੀਤੀ ਹੈ ਦੋਸਤੋ ਇਹ ਡੇਰੇ ਦੇ ਬਿਲਕੁਲ ਨਾਲ ਗਵਰਨਮੈਂਟ ਪ੍ਰਾਇਮਰੀ ਸਕੂਲ ਵੀ ਹੈਗਾ ਹੈ ਜਿਹੜਾ ਕਿ ਆਪਾਂ ਨਾਲ-ਨਾਲ ਭਰਾਵਣ ਦਿਖਾ ਰਹੇ ਹਾਂ ਇੱਕ ਗਵਰਨਮੈਂਟ ਪ੍ਰਾਇਮਰੀ ਸਕੂਲ ਦੋਸਤੋ ਇਹ ਸਰਕਾਰੀ ਗਵਰਨਮੈਂਟ ਲੇਕਰ ਇਹਨਾਂ ਦੇ ਕੋਲੋਂ ਜ਼ਮੀਨ ਲੈ ਕੇ ਤੇ ਇੱਥੇ ਵਿੱਚ ਜਿਹੜਾ ਕਿ ਸਕੂਲ ਕੈਮ ਕੀਤਾ ਹੈ ਗਵਰਨਮੈਂਟ ਨੇ ਦੋਸਤੋ ਮਤਲਬ ਕਿ ਸਿਰਫ ਇੰਨੀ ਜਗ੍ਹਾ ਸਰਕਾਰੀ ਏ ਜਿੱਥੇ ਕਿ ਸਕੂਲ ਏ ਬਾਕੀ तमाम ਇਸ ਸਕੂਲ ਦੀ ਬੈਕ ਸਾਈਡ ਤੇ ਵੀ ਸਕੂਲ ਦੇ ਆਸ-ਪਾਸ ਤੇ ਡੇਰੇ ਦੇ ਆਸ-ਪਾਸ ਲਿੰਕ ਰੋਡ ਤੇ ਇਹ ਮੁਕੰਮਲ ਆਪਣੀ ਇੱਥੇ 7 ਮਰਬੇ ਜ਼ਮੀਨ 'ਚ ਆ ਵੇਖੋ ਦੋਸਤੋ ਇਹ ਭਾਵਨ ਸਾਹਮਣੇ ਅਗਿਆਤਰੀ ਮਕਈ ਕਿ ਹੁਣ ਮਕਈ ਦੀ ਫਸਲ ਜਿਹੜੇ ਕਿ ਭਾਵਨ ਪਤਾ ਹੈ ਕਿ ਹੁਣ ਮਕਈ ਸ਼ੁਰੂ ਹੁੰਦੀ ਪਈ ਹੈ ਤੇ ਹੁਣ ਮਕਈ ਲੱਗਦੀ ਪਈ ਹੈ ਲੇਕਿਨ ਇਹ ਹੈਗੀ ਆਪਣੇ ਸਾਹਮਣੇ ਅਗਿਆਤਰੀ ਮਕਈ ਜਿਹੜੀ ਕਿ ਸਭ ਤੋਂ ਪਹਿਲੇ ਇਹ ਫਸਲ ਜਿਹੜੀ ਕਿ ਲਈ ਮਾਲਕ ਨੇ ਮਕਈ ਆੜੀ ਅਵੇਖੋ ਦੋਸਤੋ ਦੋਸਤੋ ਵੈਸੇ ਤਾਂ ਰਕਬਾ ਹੈ ਗੈਰ ਦਰਿਆਈ ਕਿ ਦਰਿਆ ਦੀ ਹਦੂਦ ਦੇ ਅੰਦਰ ਕਿਉਂਕਿ ਆਪਾਂ ਗੱਲ ਬਿਲਕੁਲ ਸਿੱਧੀ ਤੇ ਬਿਲਕੁਲ ਕਲੀਅਰ ਕਰਦੇ ਹੁੰਨੇ ਆ ਲੇਕਿਨ ਦਰਿਆ ਦੀ ਪਹੁੰਚ ਤੋਂ ਦੂਰ ਹੈ ਕਿ ਦਰਿਆ ਦੇ ਸਲਾਬ ਤੋਂ ਦੂਰ ਹੈ ਬਲਕਿ ਜਿਹੜੇ ਦੋਸਤ ਮੇਰੇ ਇਲਾਕੇ ਦੇ ਮੌਜੂਦ ਨੇ ਤੇ ਦੋਸਤ ਮੇਰੇ ਇਲਾਕੇ ਦੇ ਇਹ ਮੂਵੀ ਵਧੇ ਪਏ ਨੇ ਉਹਨਾਂ ਨੂੰ ਪਤਾ ਹੈ ਕਿ ਦਰਿਆ ਸਿਰਫ ਸਨ 1988 ਚ ਆਇਆ ਸੀ ਤੇ ਸਨ 1988 ਚ ਜਿਹੜਾ ਕਿ ਦਰਿਆ ਸਤਲੁਜ ਆਇਆ ਹੈ ਜਿਹੜਾ ਕਿ ਇਸ ਜ਼ਮੀਨ ਨੂੰ ਲੱਗਦਾ ਪਿਆ ਉਹਦੇ ਵਿੱਚ ਕਾਫੀ ਪਾਣੀ ਆ ਗਿਆ ਸੀ ਤੇ ਸਨ 1988 ਤੋਂ ਬਾਅਦ ਇਸ ਰਕਬੇ ਤੱਕ ਦਰਿਆ ਨਹੀਂ ਆਇਆ ਕਿਉਂਕਿ ਸਨ 1988 ਚ ਦਰਿਆ ਤਦਿਆਰੇ ਕਾਫੀ ਮਾਰ ਕੀਤੀ ਸੀ ਆਸ-ਪਾਸ ਤੇ ਨਾਲ-ਨਾਲ ਮੈਂ ਪ੍ਰਾਮਣ ਦਿਖਾ ਰਿਹਾ ਇਹ ਟਿਊਬਲ ਤੇ ਮਾਸ਼ਾਅੱਲਾ ਬਹੁਤ ਵੱਡਾ ਖਾੜਾ ਬਣਾਇਆ ਹੈ ਤਾਂ ਕਿ ਜਿਹੜੇ ਆਪਣੇ ਜਾਨਵਰ ਨੇ ਮੂਹੇਸ਼ੀ ਨੇ ਉਹ ਵੀ ਇੱਥੇ ਨਹਾ ਲ ਸਕੋ ਦੋਸਤੋ ਆਪਾਂ ਅੰਦਰ ਆ ਗਏ ਆ ਜਿਹੜੀ ਕਿ ਹਵੇਲੀ ਹੈਗੀ ਜਿਹੜਾ ਕਿ ਇੱਥੇ ਬਹੁਤ ਵੱਡਾ ਇਹ ਡੇਰਾ ਕੈਮ ਕੀਤਾ ਹੈ ਮਾਲਕ ਨੇ ਆਪਾਂ ਅੰਦਰ ਆ ਗਏ ਆ ਇਹ ਸਾਹਮਣੇ ਸਕੂਲ ਦੀ ਦੀਵਾਰ ਹੈ ਇਹ ਵੇਖੋ ਤੇ ਵੇਖੋ ਇਹ ਸਾਹਮਣੇ ਗੇਟ ਅੰਦਰ ਲੱਗਿਆ ਟ੍ਰਾਂਸਫਾਰਮ ਦੇਖੋ ਮੋਕੇ ਤੇ ਲੱਗਿਆ ਇਤਨਾ ਫਰਮ ਇਹ ਮੁਕੰਮਲ ਹਵੇਲੀ ਮੁਕੰਮਲ ਡੇਰਾ ਵੇਖੋ ਮਾਲਕ ਨੇ ਮਾਸ਼ਾਅੱਲਾ ਬਣਾਇਆ ਹੋਇਆ ਹੈ ਕਿ ਬੜਾ ਸੋਹਣਾ ਇੱਥੇ ਇੰਤਜ਼ਾਮ ਕੀਤਾ ਗਿਆ ਹੈ ਤੁਸੀਂ ਦੋਸਤੋ ਮੁਕੰਮਲ ਜਿਹੜੀ ਕਿ ਇੱਥੇ ਇਹ ਸਹੂਲਤ ਮੌਜੂਦ ਹੈਗੀ ਹੈ ਜਿਸ ਤਰ੍ਹਾਂ ਕਿ ਮਸਜਿਦ ਮਦਰਿਸਾ ਤੇ ਨਾਲ ਮਾਲਕ ਨੇ ਬਣਾਇਆ ਡੇਰਾ ਦੋਸਤੋ ਅਗਰ ਇੱਥੇ ਸਲਾਬ ਦਾ ਖਤਰਾ ਹੁੰਦਾ ਸਲਾਬ ਅਗਰ ਇੱਥੇ ਆਣਾ ਹੁੰਦਾ ਕਿ ਇੱਥੇ ਆਏ ਦਿਨ ਸਲਾਬ ਆਣਾ ਹੁੰਦਾ ਤੇ ਮਾਲਕਨ ਜ਼ਾਹਰ ਕਿ ਇੱਥੇ ਇੰਨੀ ਸਹੂਲਤਾਂ ਦਾ ਇੰਤਜ਼ਾਮ ਨਹੀਂ ਸੀ ਕਰਨਾ ਕਿ ਜਿਹੜੇ ਰਕਬੇ ਦਰਿਆ ਦੇ ਬਿਲਕੁਲ ਨਾਲ ਆ ਜਾਂਦੇ ਨੇ ਦਰਿਆ ਦੇ ਕੰਢੇ ਤੇ ਆ ਜਾਂਦੇ ਨੇ ਇੰਨੀਆਂ ਸਹੂਲਤਾਂ ਉਸ ਰਕਬੇ 'ਚ ਨਹੀਂ ਹੁੰਦੀਆਂ। لہذا تقرب دریا ਤੋਂ دور ہے گا یہ کہ دریا ਦੇ حدود دریا دی ہیں لیکن ਇੱਥੇ سیلاب ਦਾ ਖਤਰਾ ਨਹੀਂ ਹੈਗਾ یہ। ਦੋਸਤੋ ਮਾਸ਼ੱਲਾ ਇਸ ਰਕਬੇ ਦੀ ਜਿਹੜੀ ਲੋਕੇਸ਼ਨ ਹੈਗੀ ਇਹ ਬੜੀ ਬਿਹਤਰੀਨ ਚੇ। ਦੋਸਤੋ ਕਿਉਂਕਿ ਆਪਣਾ ਇਲਾਕਾ ਹੈ। ਇਹ ਮਾਸ਼ਾਅੱਲਾ ਆਪਣਾ ਜ਼ਾਤੀ ਇਲਾਕਾ ਹੈ ਕਿ ਜ਼ਿਲ੍ਹਾ ਪਾਕਪਤਨ ਤਹਿਸੀਲ ਆਰਫਵਾਲਾ ਦੋਸਤੋ ਜ਼ਿਲ੍ਹਾ ਪਾਕਪਤਨ ਤਹਿਸੀਲ ਆਰਫਵਾਲਾ ਇਹ ਲਿੰਕ ਰੋਡ ਆ ਰਿਹਾ ਹੈ ਐਡਰੈਕ ਆਰਫਵਾਲਾ ਬਾਵਲ ਨਗਰ ਮੇਨ ਰੋਡ ਤੋਂ ਜਿਹੜਾ ਕਿ ਲਿੰਕ ਰੋਡ ਆ ਰਿਹਾ ਹੈ ਸਿਰਫ 2.25 ਕਿਲੋਮੀਟਰ ਸਫ਼ਰ ਤੇ ਤੇ ਮੌਕਾਦਾਰ ਹੈ ਲਿੰਕ ਰੋਡ ਮੇਨ ਰੋਡ ਤੋਂ ਲੈ ਕੇ ਦਰਮਿਆਨ ਦੇ ਵਿੱਚ ਕਿਸੇ ਪਾਸੇ ਕੋਈ ਕੱਚਾ ਰਸਤਾ ਨਹੀਂ ਹੈਗਾ ਜੀ ਸਿਰਫ 2.25 ਕਿਲੋਮੀਟਰ ਦੋਸਤੋ ਲੇਕਨ ਭਾਵਨਗਰ ਨਜ਼ਦੀਕ ਹੈ ਭਾਵਨਗਰ ਸਿਰਫ ਇਸ ਰਕਬੇ ਤੋਂ ਰਹਿ ਜਾਂਦਾ ਹੈ 15-16 ਕਿਲੋਮੀਟਰ ਤੇ ਆਪਣਾ ਜਿਹੜਾ ਕਿ ਆਰਫਲਾ ਸ਼ਹਿਰ ਹੈ ਉਹ ਰਹਿ ਜਾਂਦਾ ਕੋਈ 25-26 ਕਿਲੋਮੀਟਰ ਦੂਰ ਇਸ ਰਕਬੇ ਤੋਂ ਦੋਸਤੋ ਕਿਉਂਕਿ ਇਹ ਪੁਲ ਕ੍ਰਾਸ ਕਰਨ ਤੋਂ ਪਹਿਲੇ ਜ਼ਮੀਨ ਆਂਦੀ ਹੈ ਆਰਫਲਾ ਵਾਲੀ ਓਧਰ ਤੇ ਆਂਦੀ ਹੈ ਲਿਆਜ਼ਾ ਇਹ ਤਹਿਸੀਲ ਆਰਫਲਾ ਜ਼ਿਲ੍ਹਾ ਪਾਕਪਤਨ ਅਗਰ ਆਪਾਂ ਪੁਲ ਕ੍ਰਾਸ ਕਰ ਲੈਂਦੇ ਤੇ ਫਿਰ ਜ਼ਿਲ੍ਹਾ ਭਾਵਨਗੜਾ ਤੋਂ ਹਦੂਦ ਸ਼ੁਰੂ ਹੋ ਜਾਣੀ ਸੀ ਭਾਵੋ ਲਗਰ ਵੈਸੇ ਨਜ਼ਦੀਕ ਕੇ ਕਿ 15 16 ਕਿਲੋਮੀਟਰ ਫਾਸਲਾ ਹੈ ਲੇਕਿਨ ਜਿਹੜਾ ਇਲਾਕਾ ਆਪਣਾ ਹੈ ਤਕਸੀਲ ਹਰਫ ਵਾਲਾ ਜ਼ਿਲ੍ਹਾ ਪਾਕਪਤਨ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 18 ਲੱਖ ਰੁਪਇਆ ਦੋਸਤੋ 18 ਲੱਖ ਰੁਪਇਆ ਡਿਮਾਂਡ ਹੈ ਫੀ ਏਕੜ ਦੇ ਹਿਸਾਬ ਨਾਲ ਵਿੱਚੋਂ ਥੋੜੀ ਬੋਤੀ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਇਹ ਆਪਾਂ ਪ੍ਰਵਾਨ ਨਾਲ ਗੱਲ ਪਹਿਲੀ ਕੀਤੀ ਜਾਂਦੀ ਹੈ ਦੋਸਤੋ ਕਿਉਂਕਿ ਇਸ ਇਲਾਕੇ ਚ ਰਕਬੇ 17 ਲੱਖ 16.5 ਲੱਖ 17 ਲੱਖ ਦੇ ਹਿਸਾਬ ਨਾਲ فی ਏਕਰ ਦੇ ਹਿਸਾਬ ਨਾਲ ਸੇਲ ਹੋ ਰਹੇ ਨੇ ਦੋਸਤੋ ਇਹਨਿਕ ਰਕਬਾ ਦੇ ਲਈ ਤੇ ਕੀਮਤ ਥੋੜੀ ਹੋਣੀ ਚਾਹੀਦੀ ਹੈ ਦੋਸਤੋ ਕੀਮਤ ਹੁੰਦੀ ਆਸ-ਪਾਸ ਦੇ ਹਿਸਾਬ ਨਾਲ ਕਿ ਆਸ-ਪਾਸ ਕੀਮਤ ਇਹੀ ਚੱਲਦੀ ਪਈ ਹੈ ਇਸ ਹਿਸਾਬ ਨਾਲ ਜ਼ਮੀਨਾਂ ਸੇਲ ਹੁੰਦੀ ਹੈ ਭੀ ਇਹਨੇ ਬਿਜਲੀ ਮੌਕੇ ਤੇ ਮੌਜੂਦ ਹੈ ਹਰ ਚੀਜ਼ ਦੀ ਸਹੂਲਤ ਹੈ ਤੇ ਮੌਕੇ ਤੇ ਮੌਜੂਦ ਹੈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਰਜਿਸਟਰੀ ਇੰਤਕਾਲ ਕੰਪਿਊਟਰਾਈਜ਼ ਰਿਕਾਰਡ ਛੁਦਾ ਤੇ ਮਾਸ਼ਾਅੱਲਾ ਮਸਜਿਦ ਮਦਰਿਸਾ ਇਹ ਪ੍ਰਾਵਾਂ ਦੇ ਸਾਹਮਣੇ ਮੌਕੇ ਤੇ ਦੋਸਤੋ ਇਹ ਹਰ ਚੀਜ਼ ਅਭੀ ਮੈਂ ਡੇਰਾ ਆਪਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗਾ ਕਿ ਐਸੇ ਕੀਮਤ ਦੇ ਅੰਦਰ ਮਿਲੇਗਾ ਮਲਬੇ ਦੇ پیسے ਮਾਲਕ ਨੇ ਅਲੱਗ ਨਹੀਂ ਕਰਨੇ ਤੇ ਦੋਸਤੋ ਆਪਣਾ WhatsApp ਨੰਬਰ ਐਂਡ ਕਾਲ ਨੰਬਰ ਪ੍ਰਾਵਾਂ ਨੂੰ ਸਾਹਮਣੇ ਸਕਰੀਨ ਤੇ ਇਹ ਪਈ ਸ਼ਫਕਤ ਸਾਹਿਬ ਨੇ ਜਿਹੜੇ ਕਿ ਆਪਣੇ ਨਾਲ ਕੰਮ ਕਰਦੇ ਨੇ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਈ ਕਾਲ ਤੇ رابطہ ਨਾ ਹੋ ਸਕੇ ਤੁਸੀਂ WhatsApp ਤੇ ਵਾਇਸ ਮੈਸੇਜ ਕਰ ਸਕਦੇ ਈ WhatsApp ਤੇ ਚੈਟ ਵੀ ਕਰ ਸਕਦੇ ਈ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਆਗਾ ਇਸ ਤੋਂ ਇਲਾਵਾ ਆਪਣੇ WhatsApp ਨੰਬਰ ਐਂਡ ਕਾਲ ਨੰਬਰ ਮੇਰਾ ਵੀ WhatsApp ਨੰਬਰ ਐਂਡ ਕਾਲ ਨੰਬਰ ਤੇ ਪਾਈ ਸ਼ਫਕਤ ਸਾਹਿਬ ਦਾ ਵੀ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਲੱਗੇ ਹੁੰਦੇ ਨੇ ਤੇ ਬਾਕੀ ਇਹ ਵੀ ਗੱਲ ਮੈਂ ਪਰਾਂ ਨੂੰ ਬਾਰ-ਬਾਰ ਕਰਦਾ ਹੁੰਨਾ ਬਲਕਿ ਹਰ ਮੂਵੀ 'ਚ ਗੱਲ ਕਰਦਾ ਹੁੰਨਾ ਕਿ ਆਪਣਾ ਆਫਿਸ ਹੈ ਬਕਾਇਦਾ ਆਪਣਾ ਦਫਤਰ ਹੈ ਅਰਫਾਲਾ ਸ਼ੇਰ ਤੁਸੀਂ ਆਪਣੇ ਨਾਲ رابطہ ਕਰ ਸਕਦੇ ਜੀ ਸਿਰਫ ਸਾਨੂੰ ਤੁਸੀਂ ਆਉਣ ਤੋਂ ਇੱਕ ਦਿਨ ਪਹਿਲੇ ਇਤਲਾ ਦੇਣੀ ਹੁੰਦੀ ਕਿ ਅਸੀਂ ਸਵੇਰੇ ਤੁਹਾਡੇ ਕੋਲ ਆ ਰਹੇ ਹਾਂ ਤੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੇ ਕਮੈਂਟ ਸਿਲਕੇ ਭੇਜੋ ਇਨਸ਼ਾਅੱਲਾ ਤਾਲਾ ਬਸ਼ਰਤੇ ਜ਼ਿੰਦਗੀ ਬਾਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼